ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਡਾਇਰੀਏ ਨਾਲ ਤਿੰਨ ਲੋਕਾਂ ਦੀ ਮੌਤ ਹੋਣ ਕਰਕੇ ਸਹਿਮ ਦਾ ਮਾਹੌਲ ਹੈ। ਕੁਝ ਸਮਾਂ ਪਹਿਲਾਂ ਪਟਿਆਲਾ ਦੇ ਬੜਨਗਰ ਵਿੱਚ ਵੀ ਇਸੇ ਬਿਮਾਰੀ ਕਰਕੇ ਕਈ ਲੋਕਾਂ ਦੀ ਮੌਤ ਹੋਈ ਸੀ ਅਤੇ ਹੁਣ ਇੱਕ ਵਾਰ ਫਿਰ ਤਿੰਨ ਲੋਕਾਂ ਨੇ ਇਸ ਬਿਮਾਰੀ ਦੇ ਕਾਰਨ ਦਮ ਤੋੜ ਦਿੱਤਾ ਹੈ। ਜਾਣਕਾਰੀ ਮੁਤਾਬਕ ਪਟਿਆਲਾ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਬਲਵਿੰਦਰ ਸਿੰਘ, ਮੋਹਨ ਸਿੰਘ ਅਤੇ ਉਹਨਾਂ ਦੇ ਭਤੀਜੇ ਦੀ ਡਾਇਰੀਏ ਕਰਕੇ ਮੌਤ ਹੋ ਗਈ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਪੀਣ ਵਾਲੇ ਪਾਣੀ ਦੀ ਜਿਹੜੀ ਸਪਲਾਈ ਆ ਰਹੀ ਉਸ ਵਿੱਚ ਗੰਦਾ ਪਾਣੀ ਮਿਲ ਰਿਹਾ ਜਿਸ ਕਰਕੇ ਲੋਕ ਬਿਮਾਰ ਹੋ ਰਹੇ ਨੇ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਪੀੜਤ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ। ਉਹਨਾਂ ਕਿਹਾ ਕਿ ਜੇਕਰ ਅਜੇ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਹ ਪ੍ਰਦਰਸ਼ਨ ਦਾ ਰਸਤਾ ਅਖਤਿਆਰ ਕਰਨਗੇ। ਸਾਡੇ ਇੱਥੇ ਦੇਖਿਆ ਜਾਵੇ ਗਟਰ ਵਗੈਰਾ, ਸੀਵਰੇਜ ਵਗੈਰਾ, ਪਾਣੀ ਵਗੈਰਾ, ਉਹਦੀ ਸਾਰੀ ਸਪਲਾਈਆਂ ਜਿਹੜੀਆਂ ਹੈਗੀਆਂ ਨੇ ਸਹੀ ਤਰੀਕੇ ਨਾਲ ਹੈ ਨਹੀਂ। ਜਿੱਥੇ ਹੁਣ ਵੀ ਬੋਰ ਲੱਗਿਆ ਹੋਇਆ ਉੱਥੇ ਜਾ ਕੇ ਤੁਸੀਂ ਦੇਖੋ ਗਟਰ ਦੇ ਢੇਰ ਲੱਗੇ ਪਏ ਆ, ਉਹ ਵੀ ਕੋਈ ਸਫਾਈ ਨਹੀਂ ਹੈ। ਨਾਲੇ ਸਾਡੇ ਖੁੱਲ੍ਹੇ ਪਏ ਆ, ਪਿੱਛੋਂ ਛੱਤੇ ਗਏ ਨੇ, ਸਾਡੇ ਨਾਲੇ ਕੋਈ ਨਹੀਂ ਛੱਤੇ ਗਏ ਹੈਗੇ। ਅਸੀਂ ਚਾਹੁੰਦੇ ਸਫਾਈ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਇਸ ਪਰਿਵਾਰ ਦੇ ਨਾਲ ਕਹਿਰ ਹੋਇਆ ਉਹ ਹੋਣਾ ਨਹੀਂ ਚਾਹੀਦਾ ਸੀਗਾ, ਕਿ ਸਿਰਫ ਕਿਸੇ ਹੋਰ ਨਾਲ ਵੀ ਜੋ ਹੋ ਰਿਹਾ ਉਹ ਵੀ ਨਹੀਂ ਹੋਣਾ ਚਾਹੀਦਾ। ਹੁਣ ਵੀ ਹੋ ਰਿਹਾ। ਪਰਿਵਾਰ ਦੇ ਕੁਝ ਮੈਂਬਰ ਜਿਹੜੇ ਘਰਾਂ ਦੇ ਹੈਗੇ ਨੇ ਉਹ ਵੀ ਡਾਇਰੀਏ ਨਾਲ ਹੀ ਪ੍ਰੋਬਲਮ 'ਚ ਨੇ, ਉਹਨਾਂ ਨੂੰ ਦੇਖਿਆ ਜਾਵੇ, ਤੁਸੀਂ ਉਹਨਾਂ ਦੀ ਸੁਣਵਾਈ ਸੁਣੋ ਔਰ ਇਸ ਪਰਿਵਾਰ ਦੀ ਪੂਰੀ ਪੂਰੀ ਹੈਲਪ ਹੋਣੀ ਚਾਹੀਦੀ। ਮੇਰੇ ਕੋਲ ਇੰਦਰਾ ਹਸਪੀਟਲ ਪਟਿਆਲਾ ਦੀ ਪਰਚੀ ਪਈ ਹੈ, ਡਿਸਚਾਰਜ ਸਲਿੱਪ ਪਈ ਹੈ, ਉਹਨੂੰ ਲਿਖਿਆ ਅਕਿਊਟ ਗੈਸਟਰੋਨਟਾਈਟਿਸ, ਗੈਸਟੋ ਮੈਨੇ ਟੱਟੀਆਂ, ਟਾਈਟਿਸ ਮੈਨੇ ਗੈਸਟੋ ਮੈਨੇ ਉਲਟੀਆਂ, ਟਾਈਟਿਸ ਮੈਨੇ ਟੱਟੀਆਂ, ਪਰ ਸੋ ਵਿਦ ਸ਼ੌਕ ਕਿ ਪਾਣੀ ਮੁੱਕ ਗਿਆ ਟੱਟੀਆਂ ਉਲਟੀਆਂ ਲੱਗਣ ਕਰਕੇ। ਅਸੀਂ ਪਾਣੀ ਇੱਧਰ ਚੱਕ ਲਾਵਾਂਗੇ, ਦੁਬਾਰਾ ਪਾਣੀ ਚੱਕ ਲਾਵਾਂਗੇ ਸਰ। ਕਹਿ ਰਹੇ ਅਸੀਂ ਜੇਕਰ ਹਫਤੇ ਵਿੱਚ ਇਹਨਾਂ ਨੇ ਵਾਟਰ ਸਪਲਾਈ ਠੀਕ ਨਾ ਕੀਤੀ, ਇਹਨਾਂ ਨੇ ਸੀਵਰੇਜ ਦੀ ਸਪਲਾਈ, ਔਰ ਇੱਥੇ ਅੱਗੇ ਜਾ ਕੇ ਦੇਖੋ ਦੀ ਘਰ ਦੇ ਵਿੱਚ ਮੋਰੇ ਗੰਦੇ ਨਾਲੇ ਖੋਲ ਰਹੇ ਹੈਗੇ, ਲੋਕੀ ਘਰ ਗੰਦੇ ਨਾਲੇ ਵਿੱਚ ਆਪਣੇ ਦਰਵਾਜ਼ੇ ਖੋਲ ਰਹੇ ਨੇ। ਤਿੰਨਾਂ ਚਾਹ ਥਾਵਾਂ ਤੇ ਇੰਨਾ ਗੰਦਾ ਪਾਣੀ ਖੜਾ ਸੀਵਰੇਜ ਦਾ ਕਿ ਉੱਥੇ ਰੋਟੀ ਖਾਣੀ ਮੁਸ਼ਕਲ ਹੈ, ਲੰਘਣਾ ਮੁਸ਼ਕਲ ਹੈਗਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।